ਅਸਲਾਮੁਅਲੈਕੁਮ ਮੈਂ ਡਾਕਟਰ ਕਮਲ ਖਾਲਿਦ ਹਾਂ ਤੇ ਇਸ ਵਕਤ ਮੈਂ ਡਾਇਰੈਕਟਰ ਹਾਂ ਪੰਜਾਬ ਆਰਕਾਈਵਸ ਤੇ ਲਾਇਬ੍ਰੇਰੀ ਵਿੰਗ ਦੇ ਵਿੱਚ ਔਰ ਜਿਸ ਲਈ ਅਸੀਂ ਪੰਜਾਬ ਲਫ਼ਜ਼ ਬੋਲਨੇ ਆ ਤੇ ਮੇਰੇ ਤੋਂ ਮੂੰਹ ਚੋਂ ਮਿੱਠਾ ਖੁੱਲ ਜਾਂਦਾ ਹੈ ਕਿਉਂਕਿ ਪੰਜਾਬ ਜਿਹੜਾ ਹੈ ਉਹ ਇੱਕ ਖਿੱਤਾ ਹੀ ਨਹੀਂ ਹੈ ਬਲਕਿ ਸਮਝੋ ਕਿ ਇੱਕ ਪੂਰਾ ਜ਼ਿੰਦਗੀ ਰਹਿਣ ਸਹਿਣ ਦਾ ਤਰੀਕਾ ਹੈ ਕਾਰ ਹੈ ਔਰ ਉਸੇ ਤਰੀਕਾਕਾਦ ਨੂੰ ਜਿਸ ਲਈ ਅਸੀਂ ਦੇਖਦੇ ਹਾਂ ਤੇ ਤਾਰੀਖ ਦੇ ਵਿੱਚ ਹੜੱਪਾ ਤੋਂ ਲੈ ਕੇ ਤੇ ਅੱਗੇ ਜੂਜੂ ਅਸੀਂ ਤੂਦੇ ਆਨੇ ਆ ਤੇ ਇਸ ਖਿੱਤੇ ਨੇ ਪੂਰੀ ਸਬ ਕੌਂਟੀਨੈਂਟ ਦੀ ਹਿਸਟਰੀ ਦੇ ਵਿੱਚ ਇੱਕ ਬੜਾ ਹੀ ਅਹਿਮ ਕਿਰਦਾਰ ਅਦਾ ਕੀਤਾ ਹੈ ਔਰ ਜਿਸ ਲਈ ਪੰਜਾਬ ਵਸਦਾ ਹੈ ਤੇ ਉਹ ਵਸਦੇ ਦੌਰਾਨ ਜਿਹੜਾ ਨਾ ਬਹੁਤ ਸਾਰੀਆਂ ਜਗ੍ਹਾ ਤੋਂ مختلف ਲੋਕਾਂ ਮਾ ਜੜੀਆਂ ਨੇ ਜਿਸ ਲਈ ਇੱਥੇ ਆ ਕੇ ਆਬਾਦ ਹੁੰਦੀਆਂ ਨੇ ਤੇ ਉਹਨਾਂ ਦੇ ਆਬਾਦ ਹੋਣ ਦੇ ਨਾਲ ਇੱਥੋਂ ਦਾ ਕਲਚਰ ਇੱਥੋਂ ਦਾ ਆਰਟ ਤੇ ਇੱਥੋਂ ਦੀ ਹੈਰਿਟੇਜ ਜਿਹੜੀ ਹੈ ਨਾ ਉਹ ਇਵੋਲਵ ਹੁੰਦੀ ਹੈ ਸੁਨਾ ਚ ਸਾਡੇ ਪੰਜਾਬ ਦੇ ਅੰਦਰ ਤਨ ਦੁਨੀਆ ਦੇ ਹਰ ਰੰਗ ਦਾ ਜੜਾ ਨਾ ਉਹ ਉਹਦੀ ਅਮੇਜ਼ਿਸ਼ ਮਿਲੇਗੀ ਔਰ ਜਿਸ ਲਈ ਉਹ ਸਾਰੇ ਰੰਗ ਮਿਲਦੇ ਨੇ ਤੇ ਪੰਜਾਬ ਦੀ ਸਤ ਰੰਗੀ ਤਰੰਗ ਜੇਰੀ ਹੈ ਨਾ ਉਹ ਬਣਦੀ ਹੈ ਤੇ ਇੱਕ ਆਸਕ ਆਜ਼ਾਦ ਦੇ ਰੰਗ ਨੇ ਔਰ ਅੱਜ ਜਿਹੜਾ ਅਸੀਂ ਪੰਜਾਬ ਕਲਚਰਲ ਡੇ ਦੇ ਹਵਾਲੇ ਦੇ ਨਾਲ ਜਦੋਂ ਗੱਲ ਕਰਦੇ ਆ ਤੇ ਸਾਡੇ ਕਲਚਰ ਦੇ ਵਿੱਚ ਸਾਡੇ ਸਾਡੀ ਰਿਵਾਇਤ ਨੇ ਸਾਡੇ ਖਾਨਦੇ ਨੇ ਸਾਡਾ ਦਹਨ ਸੰਦ ਦਾ ਤਰੀਕਾ ਹੈ ਸਾਡੇ ਸ਼ਾਇਰ ਨੇ ਸਾਡੇ ਬਸੂਫੀ ਬਜ਼ੁਰਗ ਨੇ ਸਾਡੇ ਬਹੁਤ ਸਾਦੇ ਜਿਹੜੇ ਨੇ ਨਾ ਫਨਕਾਰ ਨੇ ਗਾਣ ਵਾਲੇ ਨੇ ਮੈਂ ਕੀ ਕੀ ਨਾਂ ਲਵਾਂ ਜੋ ਜੋ ਕੁਝ ਪੰਜਾਬ ਨੇ ਜੜਾ ਹੈ ਉਹ ਸਪੂ ਦੇ ਖਿੱਤੇ ਨੂੰ ਨਾ ਸਿਰਫ ਹੈ ਕਿ ਸਬ ਕੌਂਟੀਨੈਂਟ ਦੇ ਅੰਦਰ ਦਿੱਤਾ ਹੈ ਸਾਊਥ ਏਸ਼ੀਆ ਦੇ ਵਿੱਚ ਦਿੱਤਾ ਹੈ ਬਲਕਿ ਪੂਰੀ ਦੁਨੀਆ ਨੂੰ ਪੰਜਾਬ ਨੇ ਬੜੇ ਹੀ ਮਿੱਠੇ ਤੇ ਸੋਹਣੇ ਰੰਗ ਦਿੱਤੇ ਨੇ ਉਦ ਐਨਾ ਹੀ ਦੰਗਾਂ ਦੇ ਨਾਲ ਜਦੋਂ ਅਸੀਂ ਸਾਦੇ ਮਿਲਦੇ ਆ ਤੇ ਸਾਡਾ ਪੰਜਾਬ ਜਿਹੜਾ ਬੰਦ ਆ ਉਹ ਜਿਸ ਲਈ ਅਸੀਂ ਗੱਲ ਕਰਦੇ ਆ مختلف ਅਦਵਾਰ ਦੇ ਵਿੱਚ ਤੇ ਇੱਥੇ ਮੁਗਲਾਂ ਨੇ ਵੀ ਬੜੇ ਰੰਗ ਲਗਾਏ ਇੱਥੇ ਬਾਅਦ ਚੋਂ ਸਿੱਖ ਦੌਦ ਦੇ ਵਿੱਚ ਵੀ ਬੜਾ ਕੰਮ ਹੋਇਆ ਉਹ ਅੰਗਰੇਜ਼ ਵੀ ਜਿਸ ਲਈ ਆਂਦਾ ਤੇ ਉਹ ਇਹ ਮੰਨਣ ਤੇ ਮਜ਼ਬੂਤ ਹੋ ਜਾਂਦਾ ਕਿ ਪੰਜਾਬ ਨਹੀਂ ਤੇ ਕੁਝ ਨਹੀਂ ਤੇ ਸਰਕਾਰ ਅਸੀਂ ਵੀ ਇਹ ਹੀ ਕਰਦੇ ਆ ਕਿ ਪੰਜਾਬ ਨਹੀਂ ਤੇ ਕੁਝ ਨਹੀਂ ਔਰ ਮੈਂ ਆਪਣੇ तमाम ਦੇਖਣ ਵਾਲਿਆਂ ਨੂੰ ਪੰਜਾਬ ਕਲਚਰਲ ਡੇ ਜਿਹੜਾ ਅੱਜ ਸੈਲੀਬ੍ਰੇਟ ਹੋ ਰਿਹਾ ਹੈ ਔਰ ਮੈਂ ਸਮਝਦੀ ਹਾਂ ਇਹ ਹਕੂਮਤ ਦਾ ਇੱਕ ਬੜਾ ਹੀ ਖੂਬਸੂਰਤ ਇਨੀਸ਼ੀਏਟਿਵ ਹੈ ਜਿਦੇ ਵਿੱਚ ਕਿ ਅਸੀਂ ਰਹਿੰਦਿਆਂ ਹੈ ਆ ਆਪਣੇ ਆਉਣ ਵਾਲੀ ਨਸਲਾਂ ਨੂੰ ਆਪਣੇ ਬੱਚਿਆਂ ਨੂੰ ਆਪਣੇ ਨੌਜਵਾਨਾਂ ਨੂੰ ਦੱਸ ਸਕੀਏ ਕਿ ਇੱਕ ਖਾਸ ਦਿਨ ਦੇ ਵਿੱਚ ਜਿਹੜਾ ਅਸੀਂ ਉਹਨਾਂ ਨੂੰ ਦਿਖਾ ਸਕੀਏ ਕਿ ਪੰਜਾਬ ਜਿਹੜਾ ਹੈ ਕੀ تاکہ پورا سال ਜਿਹੜਾ ਨਾ ਉਹ ਉਸ ਦਿਨ ਨੂੰ ਯਾਦ ਕਰਦੇ ਰਹਿਣ ਔਰ ਦੋਸਤ ਦਿਨ ਦੇ ਹਵਾਲੇ ਦੇ ਨਾਲ ਅਸੀਂ ਗੱਲ ਕਰਾਂਗੇ ਅੱਜ ਆਪਣੇ مختلف ਜੜੀਆਂ ਸਾਡੀਆਂ ਦੇ ਵਾਇਆਤ ਨੇ مختلف ਪੰਜਾਬ ਨਾ ਜੜੀਆਂ ਸੋਣੀਆਂ ਕਾਣੀਆਂ ਜੁੜੀਆਂ ਹੀਆਂ ਨੇ ਉਹਨਾਂ ਸਭ ਦੇ ਉੱਤੇ ਅਸੀਂ ਗੱਲਬਾਤ ਕਰਾਂਗੇ ਔਰ ਮੈਂ ਆਪਣੇ ਦੇਖਣ ਵਾਲਿਆਂ ਸਭ ਨੂੰ ਪੰਜਾਬ ਕਲਚਰਲ ਡੇ ਮਨਾਣ ਦੀ ਮੁਬਾਰਕਬਾਦ ਦੇਣੀ ਹੈ ਔਰ ਇੱਕ ਛੋਟਾ ਜਿਹਾ ਪੈਗਾਮ ਦੇਾਂਗੀ ਆਪਣੀ ਯੰਗਸਟਰਜ਼ ਨੂੰ ਕਿ ਤੇ ਤੁਸੀਂ ਪੰਜਾਬੀ ਹੋ ਤੇ ਪੰਜਾਬੀ ਬੋਲੋ ਪੰਜਾਬੀ ਸੋਚੋ ਤੇ ਪੰਜਾਬੀ ਅਮਲ ਕਰੋ ਬਹੁਤ ਸ਼ੁਕਰੀਆ